वाहगुरु जी का खालसा वाहगुरु जी फतेहगढ़ साहब, तुसीं लाइव हो इस वेले पीबीसी ते, की कहना चाहुंदे हो जी? जी सब तो वड्डी खबर है जी। पहला तो सारे दर्शकों नूं मेरे वल्लों प्यार भरी सत श्री अकाल। सत श्री अकाल जी। रात तकरीबन 2-2:30 बजे दे करीब सुरजन सिंह चट्ठा उन्हां नूं गिरफ्तार किया गया जी जलंधर उन्हां दे फ्लैट दे विचों। जी जे संदीप नंगलंपियां दी मौत जिहड़ी आ उह पिछले साल मार्च महीने दे विच होई सी। आ तकरीबन ਆਪਾਂ ਪਿਛਲੇ ਸਾਲ ਉਹਨਾਂ ਦਾ ਇੱਥੇ 1 ਸਾਲ ਦੇ ਬਾਅਦ ਅਖੰਡ ਪਾਠ ਦੇ ਭੋਗ ਵੀ ਪਾਏ ਗਏ ਸੀ। ਜੀ ਜੀ ਪਰਿਵਾਰ ਲਗਾਤਾਰ ਸੁਰਜਣ ਸਿੰਘ ਚੱਠਾ ਉਹਨਾਂ ਦਾ ਨਾਮ ਲੈ ਰਿਹਾ ਸੀ। ਜੀ ਉਸ ਤੋਂ ਬਾਅਦ ਇੱਕ ਵਾਰੀ ਇੱਕ ਮੀਡੀਆ ਰਿਪੋਰਟਾਂ ਦੇ ਵਿੱਚ 3 ਨਾਵਾਂ ਦਾ ਜ਼ਿਕਰ ਆਇਆ ਸੀ ਕਿ ਇਹਨਾਂ ਦੇ ਉੱਤੇ ਪਰਚਾ ਦਰਜ ਹੋ ਚੁੱਕਾ ਆ, ਜੀ ਪਰ ਪੁਲਿਸ ਲਗਾਤਾਰ ਇਸ ਗੱਲ ਨੂੰ ਇਗਨੋਰ ਕਰ ਰਹੀ ਸੀ। ਜਾਂ ਕਹਿ ਸਕਦੇ ਹਾਂ ਕਿ ਪੁਲਿਸ ਕਹਿ ਰਹੀ ਸੀ ਕਿ ਸਾਡੇ ਕੋਲ ਸਬੂਤ ਨਹੀਂ, ਪ੍ਰੋਪਰ ਕੋਈ ਸਬੂਤ ਨਹੀਂ। ਜੀ ਗੱਲ ਸਭ ਤੋਂ ਵੱਡੀ ਇਹ ਆ ਜੀ ਕਿ ਜੇ ਤਕਰੀਬਨ ਉਸ ਦਿਨ ਤੋਂ ਬਾਅਦ ਜੀ ਸਬੂਤ ਨਹੀਂ ਸੀ ਤੇ ਰਾਤੀ ਜਿਹੜੀ ਕਾਰਵਾਈ ਹੋਈ ਆ ਇਹ ਕਿਹੜੇ ਸਬੂਤਾਂ ਦੇ ਅਧੀਨ ਹੋਈ ਆ? ਫਿਰ ਹੁਣ ਕਿਹੜੇ ਸਬੂਤ ਇਹਨਾਂ ਨੂੰ ਲੱਭੇ ਆ? ਜੀ ਨੰਬਰ 2 ਤੇ ਜੀ ਕਬੱਡੀ ਤੇ ਬਿਜਲੀ ਸਿਆਸਤ ਆ ਜਿਹੜੀ ਉਸਦੇ ਵਿਚਕਾਰ ਜੇ ਦੇਖਿਆ ਜਾਵੇ ਤੇ ਸੰਦੀਪ ਨੰਗਲੰਬੀਆਂ MKL ਜਿਹੜੀ ਉਸਨੇ ਇੱਕ ਆਪਣੀ ਵੱਖਰੀ ਕਬੱਡੀ ਫੈਡਰੇਸ਼ਨ ਬਣਾਈ ਸੀ। ਜੀ ਸੁਰਜਣ ਸਿੰਘ ਚੱਠਾ ਹੁਣੀ ਨਾਰਥ ਇੰਡੀਆ ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਸੀ, ਲੰਮੇ ਸਮੇਂ ਤੋਂ ਕਬੱਡੀ ਦੇ ਨਾਲ ਜੁੜੇ ਹੋਏ ਸੀ। ਜੀ ਦੋਨਾਂ ਦੇ ਵਿੱਚ ਆਪਸ ਦੇ ਦੌਰਾਨ ਕਿਉਂਕਿ ਜਿਹੜੇ ਪੰਜਾਬ ਦੇ ਵਿੱਚ ਮੈਚ ਹੁੰਦੇ ਸੀ ਉਹ ਨਾਰਥ ਇੰਡੀਆ ਕਬੱਡੀ ਫੈਡਰੇਸ਼ਨ ਤੇ MKL ਦੇ ਹੁੰਦੇ ਸੀ ਜ਼ਿਆਦਾਤਰ ਮੈਚ ਜਿਹੜੇ ਦੇਖਣ ਨੂੰ ਮਿਲਦੇ ਸੀ। ਸੰਦੀਪ ਨੰਗਲੰਬੀਆਂ ਦਾ ਜਿਹੜਾ MKL ਆ ਉਸਦੇ ਵਿੱਚ ਤਕਰੀਬਨ ਸਾਰੇ ਵੱਡੇ ਖਿਡਾਰੀ ਜਿਹੜੇ ਨਾਮਵਰ ਖਿਡਾਰੀ ਸੀ ਉਹ ਸੰਦੀਪ ਨੰਗਲੰਬੀਆਂ ਦੀ ਬੋਲਬਾਣੀ ਨੂੰ, ਸੰਦੀਪ ਨੰਗਲੰਬੀਆਂ ਦੇ ਨਾਲ ਲੋਕਾਂ ਦਾ ਸਹਿਚਾਰਾ ਜਿਸ ਤਰ੍ਹਾਂ ਦਾ ਸੀਗਾ ਹਾਂਜੀ ਉਹ ਸੰਦੀਪ ਨੰਗਲੰਬੀਆਂ ਦੇ ਨਾਲ ਜ਼ਿਆਦਾ ਜੁੜੇ ਹੋਏ ਸੀ ਤੇ ਉੱਥੋਂ ਹੀ ਇਸ ਗੱਲ ਦੀ ਜਿਹੜੀਆਂ ਉਹ ਗੱਲਾਂ ਬਾਤਾਂ ਚੱਲ ਪਈਆਂ ਸੀ ਜੀ। ਕਿ ਅਸਲ ਦੇ ਵਿੱਚ ਖਿਡਾਰੀਆਂ ਨੂੰ ਲੈ ਕੇ ਮੈਚਾਂ ਨੂੰ ਲੈ ਕੇ ਕਿਹਦੀ ਸਰਦਾਰੀ ਕਾਇਮ ਰਵੇ ਕਬੱਡੀ ਦੇ ਉੱਤੇ ਜੀ ਉਹ ਸਭ ਕਾਸੇ ਨੂੰ ਦੇਖਦੇ ਹੋਏ ਸੰਦੀਪ ਇੱਕ ਤਰ੍ਹਾਂ ਦੇ ਨਾਲ ਸੰਦੀਪ ਦੀ MKL ਦੀ ਚੜ੍ਹਾਈ ਸੀ ਉਸ ਵਕਤ ਜਿਸ ਵਕਤ ਬਿਲਕੁਲ ਸੰਦੀਪ ਨੰਗਲੰਬੀਆਂ ਦਾ ਕਤਲ ਹੁੰਦਾ ਜੀ। ਹੁਣ ਜੇ ਆਪਾਂ ਇਸ ਗੱਲ ਦੇ ਪਿੱਛੇ ਜਾਈਏ ਜੀ ਗੱਲਾਂ ਬਹੁਤ ਤਰ੍ਹਾਂ ਦੀਆਂ ਕਨਸੋਆਂ ਨਿਕਲਦੀਆਂ ਰਹੀਆਂ ਕਿ ਇਸ ਦੇ ਵਿੱਚ ਬਹੁਤ ਸਾਰੇ ਜਿਹੜੇ ਆ ਕੁਝ ਗੈਂਗਸਟਰਾਂ ਦਾ ਕਬੱਡੀ ਦੇ ਵਿੱਚ ਜਿਹੜਾ ਸਿੱਧਾ ਤਾਲੁਕਾਤ ਆ ਉਹ ਵੀ ਸਾਹਮਣੇ ਆਉਂਦਾ ਰਿਹਾ ਜੀ। ਦੁੱਲਾ ਬੱਗਾ ਪਿੰਡ ਦੇ ਉੱਤੇ ਗੋਲੀਆਂ ਚੱਲੀਆਂ, ਉਸ ਤੋਂ ਬਾਅਦ ਨਾਰਥ ਇੰਡੀਆ ਕਬੱਡੀ ਫੈਡਰੇਸ਼ਨ ਦੇ ਪ੍ਰਧਾਨ 2019 ਦੇ ਵਿੱਚ ਉਸ ਵਕਤ ਦੇ DGP ਦਿਨਕਰ ਗੁਪਤਾ ਉਹਨਾਂ ਨੂੰ ਮਿਲਦੇ ਆ ਕਿ ਕਬੱਡੀ ਦੇ ਵਿੱਚ ਨਾਲ ਪ੍ਰੈਸ ਕਾਨਫਰੰਸ ਵੀ ਕਰਦੇ ਆ ਕਿ ਕਬੱਡੀ ਦੇ ਵਿੱਚ ਗੈਂਗਸਟਰਾਂ ਦੀ ਸਿੱਧੀ ਦਖਲ ਅੰਦਾਜ਼ੀ ਹੋ ਰਹੀ ਹੋ ਰਹੀ ਆ ਜੀ। MKL ਦੇ ਵਿੱਚ ਇਸ ਵਿੱਚ ਕੋਈ ਦੁਹਰਾਵਾ ਨਹੀਂ, ਗੱਲ ਜੱਗ ਜਾ ਰਿਹਾ ਕਿ MKL ਦੇ ਵਿੱਚ ਜੱਗੂ ਭਗਵਾਨਪੁਰੀਆ ਦੀ ਟੀਮ ਵੀ ਖੇਡਦੀ ਰਹੀ ਆ, ਉਹ ਭਗਵਾਨਪੁਰ ਟੀਮ ਜਿਹੜੀ ਆ ਉਹ ਇੱਧਰ ਖੇਡਦੀ ਸੀ। ਸੋ ਵੱਖ ਵੱਖ ਕਿਆਸ ਰਾਈਆਂ ਬਹੁਤ ਸਾਰੇ ਪਹਿਲੂ ਇਸ ਕਤਲ ਦੇ ਨਾਲ ਜੁੜੇ ਵੱਖ ਵੱਖ ਸਮੇਂ ਦੇ ਉੱਤੇ ਸਾਹਮਣੇ ਆਉਂਦੇ ਰਹੇ। ਸੰਦੀਪ ਨੰਗਲੰਬੀਆਂ ਦੇ ਜਿਹੜੇ ਪਤਨੀ ਆ ਉਹਨਾਂ ਨੇ ਰੁਪਿੰਦਰ ਕੌਰ ਹੋਣੀ ਉਹਨਾਂ ਨੇ ਬਹੁਤ ਸਾਰੇ TV ਚੈਨਲਾਂ ਦੇ ਉੱਤੇ ਜਾ ਕੇ ਸਿੱਧਾ ਨਾਮ ਜਿਹੜਾ ਉਹ ਸੁਰਜਣ ਚੱਠਾ ਉਹਨਾਂ ਦਾ ਲੈਣਾ ਸ਼ੁਰੂ ਕੀਤਾ। ਸਰਕਾਰ ਉੱਤੇ ਜਿਹੜਾ ਇਸ ਗੱਲ ਦਾ ਦਬਾਅ ਵੀ ਸੀ, ਪੂਰੀ ਦੁਨੀਆਂ ਦੇ ਲੋਕ ਜਿਹੜੇ ਆ ਉਹ ਦੇਖ ਰਹੇ ਸੀ ਵੀ ਇਹ ਜਦੋਂ ਨਾਮ ਆ ਗਿਆ ਪਰਚਾ ਦਰਜ ਕੀਤਾ ਤੇ ਫਿਰ ਗ੍ਰਿਫਤਾਰੀ ਕਿਉਂ ਨਹੀਂ ਹੋ ਰਹੀ ਜੀ। ਪਰ ਗਿੱਲ ਸਾਹਿਬ, ਗਿੱਲ ਸਾਹਿਬ ਇੱਥੇ ਇੱਕ ਇਹ ਮਤਲਬ ਇੱਕ 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 ਸਵਾਲ ਇੱਕ ਪੈਦਾ ਹੁੰਦਾ ਹੈ ਕਿ ਜਦ ਕਿ ਇਹ ਰੁਪਿੰਦਰ ਕੌਰ ਉਹਨਾਂ ਦੀ ਧਰਮ ਪਤਨੀ ਇਹ ਜਿਹੜੀ ਆ ਉਹ 6 ਮਹੀਨੇ ਪਹਿਲਾਂ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਤੁਸੀਂ ਤੁਹਾਡੇ ਕਰਤਾਰ ਐਡਰੈਸ ਵੀ ਉਹਨਾਂ ਨੇ ਪ੍ਰੋਪਰ ਦੱਸਿਆ ਕਿ ਕਰਤਾਰ ਪੈਲਸ ਦੇ ਵਿੱਚ ਸੁਰਜਣ ਚੱਠਾ ਉੱਥੇ ਮੌਜੂਦ ਨੇ, ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ, ਪਰ ਪੁਲਿਸ ਨੇ ਉਦੋਂ ਸਬੂਤ ਮੰਗੇ ਸਨ। ਤੇ ਹੁਣ ਤੁਹਾਨੂੰ ਕੀ ਲੱਗਦਾ ਕਿ ਕਿਹੜੇ ਕੀ ਕਾਰਨ ਇਹ ਬਣਿਆ ਕਿ ਉੱਧਰ ਦੇਖਿਆ ਜਾਵੇ ਇਹਨੂੰ ਦੋ ਚੀਜ਼ ਤਿੰਨ ਚੀਜ਼ਾਂ ਇਸ ਵਿੱਚ ਜੁੜਦੀਆਂ ਨੇ ਕਿ ਇੱਕ ਤਾਂ ਜਲੰਧਰ ਦੀ ਜ਼ਿਮਨੀ ਚੋਣ ਵੀ ਆ ਰਹੀ ਆ ਕਿ ਸਰਕਾਰ ਉਹਨੂੰ ਲੈ ਕੇ ਦੇ ਕੇ ਕਹਿ ਰਹੀ ਹੈ ਅਸੀਂ ਪਰ ਜਿਹੜਾ ਗ੍ਰਿਫਤਾਰੀ ਕਰ ਲਈ ਹੈ ਕਿਉਂਕਿ ਸਰਕਾਰ ਦਾ ਜਿਸ ਹਿਸਾਬ ਨਾਲ ਵਿਰੋਧ ਹੋ ਰਿਹਾ ਉਹ ਵੀ ਇੱਕ ਦੇਖਣ ਵਾਲਾ ਵਿਸ਼ਾ ਹੈ ਕਿ ਸਰਕਾਰ ਇਸ ਵਿੱਚ ਜਲੰਧਰ ਦੀ ਜ਼ਿਮਨੀ ਕੌਣ ਕਿੱਧਰਲੇ ਪਾਸੇ ਨੂੰ ਜਾਂਦੀ ਆ। ਬਿਲਕੁਲ ਜੀ, ਸਭ ਤੋਂ ਵੱਡੀ ਗੱਲ ਇਹ ਆ ਕਿ ਇਸ ਵਕਤ ਜਲੰਧਰ ਜ਼ਿਮਨੀ ਚੋਣ ਤੋਂ ਪਹਿਲਾਂ ਜੀ ਇਹ ਗੱਲ ਨੂੰ ਪੂਰੀ ਤਰ੍ਹਾਂ ਸਮਝੀਏ ਨਾ, 2 ਦਿਨ ਪਹਿਲਾਂ ਕੱਲ ਹੀ ਹਾਂ ਜੋ ਸਿੱਧੂ ਮੂਸੇਵਾਲੇ ਦੇ ਆਪਣੇ
माता जी ने उन्होंने एक तस्वीर शेयर की थी जी संदीप नंगलिया की, जी दीप सिद्धू की ते सिद्धू मूसे वाले मूसे की। वाले दी जी असल दे विच ये जे आपां ना इस गल नूं देखिए ते सरकार दे उत्ते इस गल दा दबाव बहुत वड्डा सी। हाँ ते ये भी गल निकल के सामने आ रही सी कि हो सकदा जिस तरह दे नाल बलकौर सिंह होनी सिद्धू मूसे वाले दे पिता अग्रेसिव बयानबाजी सरकार दे खिलाफ कर रहे आ, ये सरकार ने किया कुछ नहीं, वह भी एक दबा सरकार दे उत्ते सी। दूजा जिहड़ी सारी दुनिया ही ये गल कह रही आ, टाइमिंग बहुत जिहड़ी किसी भी सियासत दे विच कुछ भी हुंदा ना उहदी टाइमिंग बहुत महत्वपूर्ण हुंदी आ, किस वक्त की कीता गया। जी जिमनी चोण दे विच कुछ दिन रह गए आ, जी उह कुछ दिन पहलां सुरजन चट्ठा उहनां नूं गिरफ्तार कीता जांदा हाँ ਜਿਹੜੇ ਤੁਸੀਂ ਆ ਪੈਲਸ ਦੀ ਗੱਲ ਕੀਤੀ ਆ, ਰਾਤੀ ਉਸ ਉਸੇ ਪੈਲਸ ਦੇ ਵਿੱਚ ਬਹਿਣੀ ਉੱਠਣੀ ਸੀ, ਉੱਥੋਂ ਦੇ ਰਾਤੀ ਆਏ ਆ ਘਰ ਆ ਕੇ ਗ੍ਰਿਫਤਾਰ ਕੀਤਾ। ਤੇ ਨਾਲ ਦੀ ਨਾਲ ਸਭ ਤੋਂ ਵੱਡੀ ਗੱਲ, ਜੀ ਪੁਲਿਸ ਨੇ ਵੀਡੀਓ ਬਣਾਈ ਆ, ਦੇਖੀ ਜੀ ਤੇ ਦੇਖਿਆ ਹੋਣਾ ਤੁਸੀਂ, ਜੀ ਤਾਂ ਹੁਣ ਬਿਲਕੁਲ ਸਵੇਰੇ ਬਿਲਕੁਲ ਵੀਡੀਓ ਚੱਲ ਚੈਨਲ ਤੇ ਪੀਬੀਸੀ ਤੇ ਚੱਲ ਰਹੀ ਹੈ ਜੀ। ਚੱਲ ਰਹੀ ਆ ਉਹ ਵੀਡੀਓ ਬਣਾਈ ਆ, ਵੀਡੀਓ ਬਣਾਉਣ ਦਾ ਕੀ ਮਕਸਦ ਆ? ਤੁਸੀਂ ਬੰਦੇ ਨੂੰ ਕਿਸੇ ਨੂੰ ਗ੍ਰਿਫਤਾਰ ਕਰ ਰਹੇ ਆ, ਬਹੁਤ ਸਾਰੀਆਂ ਗ੍ਰਿਫਤਾਰੀਆਂ ਹੁੰਦੀਆਂ, ਜੀ ਜੇ ਤੁਸੀਂ ਉਹ ਬੰਦੇ ਦੀ ਨਾਲ ਵੀਡੀਓ ਬਣਾ ਰਹੇ ਆ ਤੇ ਸਮਝ ਲਓ ਇੱਕ ਤਰ੍ਹਾਂ ਦੇ ਨਾਲ ਲੋਕਾਂ ਨੂੰ ਸੰਦੇਸ਼ ਦੇਣ ਦੀ ਕੋਸ਼ਿਸ਼ ਆ ਵੀ ਦੇਖੋ ਹਾਂ ਅਸੀਂ ਇਹ ਕਾਰਵਾਈ ਕਰ ਦਿੱਤੀ। ਪੁਲਿਸ ਆਪਣਾ ਪਰ ਕੰਮ ਕਰ ਰਹੀ ਆ। ਪੁਲਿਸ ਆਪਣਾ, ਪੁਲਿਸ ਵਾਲਾ ਕੰਮ ਆਪਣਾ ਕਰਤਾ ਰਹੀ ਆ, ਮੰਨ ਗਏ ਗੱਲ, ਪਰ ਜੀ ਟਾਈਮਿੰਗ ਪੰਜ ਇਹ ਜਲੰਧਰ ਜਿਮਨੀ ਚੋਣ ਨਾ ਹੁੰਦੀ ਤੇ ਕੀ ਗੱਲ ਸੋਚਣ ਚੱਟਣ ਉਹਨਾਂ ਦੀ ਗ੍ਰਿਫਤਾਰੀ ਹੁੰਦੀ। ਨੰਬਰ ਦੋ ਤੇ ਜੀ ਗ੍ਰਿਫਤਾਰੀ ਥੱਲੇ ਹੀ ਆ ਕਰ, ਚਲੋ ਵੀਡੀਓ ਵੀ ਤੁਸੀਂ ਦਿਖਾ ਦਿੱਤੀ ਆ, ਉਥੋਂ ਘਰੋਂ ਉਹਨਾਂ ਨੂੰ ਫੜ ਲਿਆ। ਜੀ ਇਹ ਅੱਜ ਜਿਹੜੀ ਪੁਲਿਸ ਕਹਿ ਰਹੀ ਸੀ ਕਿ ਸਾਡੇ ਕੋਲ ਸਬੂਤ ਨਹੀਂ, ਅੱਜ ਬੰਦਾ ਸਬੂਤ ਤਾਂ ਫੜ ਕਿੱਥੋਂ ਲਿਆ ਆਏ? ਜਾਂਦਾ ਜੀ ਨਹੀਂ ਤੇ ਅਦਾਲਤ ਵਿੱਚ ਮੁੜ ਕੇ ਪੇਸ਼ ਵੀ ਕੁਝ ਕਰੂਗੀ ਕਿ ਨਹੀਂ? ਹਾਂ ਬਿਲਕੁਲ ਬਿਲਕੁਲ ਜੀ ਇੰਦਰਜੀਤ ਜਿਹੜਾ ਅੱਜ ਇਸ ਦੇਸ਼ ਤੇ ਕਰ ਗਿਆ ਉਹ ਸਾਰਾ ਮਸਲਾ ਹੋਇਆ ਨਾ, ਜੀ ਰਾਜੀਤ ਉਹਨਾਂ ਦੀ ਗ੍ਰਿਫਤਾਰੀ ਦੇ ਵਾਰੰਟ ਜਾਰੀ ਹੋਏ ਆ, ਜੀ ਉਹ ਕਰਦਾ ਇਸ ਤਰ੍ਹਾਂ ਸੀ, ਬੰਦਾ ਫੜਦਾ ਸੀ, ਹਾਂ ਬੰਦੇ ਦੇ ਕੋਲੋਂ ਸਾਰੀ ਜਿਹੜੀ ਆ ਉਹ ਡਰੱਗ ਜਿਹੜੀ ਉਹ ਫੜ ਲੈਣੀ, ਮੁੜ ਕੇ ਉਹ ਜਦੋਂ ਪਰਚਾ ਦਰਜ ਕਰਨ ਦੀ ਵਾਰੀ ਆਉਣੀ ਤੇ ਪਰਚਾ ਇੰਨਾ ਕੁ ਹਲਕਾ ਦਰਜ ਕਰਾਉਣਾ ਤੇ ਉਹ ਬੰਦਾ ਛੁੱਟ ਜਾਣਾ। ਜੀ ਉਹ ਤਾਂ ਫਿਰ ਇਨਵੈਸਟੀਗੇਸ਼ਨ ਹੋਣੀ ਸ਼ੁਰੂ ਹੋਈ ਜਦੋਂ ਹਰਪ੍ਰੀਤ ਸਿੱਧੂ ਹੁਣੀ ਐਸਟੀਐਫ ਦੇ ਮੁਖੀ ਬਣੇ ਆ, ਜੀ ਕਿ ਬੰਦਾ ਫੜ ਬਹੁਤ ਵੱਡੇ ਵੱਡੇ ਰਿਹਾ, ਬਹੁਤ ਵੱਡੀਆਂ ਵੱਡੀਆਂ ਖੇਪਾਂ ਫੜ ਰਿਹਾ ਤੇ ਬੰਦਾ ਨਾਲੋਂ ਨਾਲ ਫੇਰ ਛੁੱਟੀ ਜਾਂਦੇ ਆ, ਇਹਦੇ ਬੰਦੇ ਕਿਉਂ ਛੁੱਟਦੇ ਆ? ਇਹਨਾਂ ਮੁੜ ਕੇ ਸਬੂਤ ਕਿਉਂ ਨਹੀਂ ਪੇਸ਼ ਹੁੰਦੇ? ਜੀ ਬਿਲਕੁਲ ਬਿਲਕੁਲ ਸੁਰਜਣ ਚੱਟਾ ਉਹਨਾਂ ਦੀ ਗ੍ਰਿਫਤਾਰੀ ਕਰ ਲਈ ਆ, ਹਾਂ ਪਰਿਵਾਰ ਨੂੰ ਧਰਵਾਸਾ ਦੇ ਦਿੱਤਾ, ਹਾਂ ਕਿ ਗ੍ਰਿਫਤਾਰੀ ਟਿਕੀ ਰਹਿ ਜਾਊਗੀ, ਗ੍ਰਿਫਤਾਰੀ ਜਿਹੜੀ ਕਰ ਲਈ ਆ ਹੁਣ ਜੀ ਅਦਾਲਤ ਦੇ ਵਿੱਚ ਆ ਕੇ ਸਬੂਤ ਕੰਮ ਕਰਦੇ, ਅਦਾਲਤ ਦੇ ਵਿੱਚ ਆ ਵੀਡੀਓ ਜਿਹੜੀਆਂ ਬਣਾਈਆਂ ਜਾ ਰਹੀਆਂ ਨਾ ਪੀਆਰ ਵੀਡੀਓ ਜੀ ਕਿ ਲੋਕਾਂ ਨੂੰ ਦਿਖਾਉਣ ਦੇ ਲਈ, ਇਹ ਵੀਡੀਓ ਉੱਥੇ ਕੰਮ ਨਹੀਂ ਕਰਨੀਆਂ। ਕੀ ਸਰਕਾਰ ਦੇ ਕੋਲ ਸਬੂਤ ਹੈ ਜਾਂ ਪੁਲਿਸ ਦੇ ਵਿਭਾਗ ਦੇ ਕੋਲ ਇਹ ਇਸ ਨੂੰ ਸਾਬਤ ਕਰਨ ਦੇ ਲਈ ਸਬੂਤ ਹਨ ਕਿ ਜੀ ਅਦਾਲਤ ਦੇ ਵਿੱਚ ਕਿ ਤੁਸੀਂ ਇਸ ਕਤਲ ਨੂੰ ਰਿਲੇਟ ਤੁਸੀਂ ਕਰ ਸਕਦੇ ਆ? ਮੁੜ ਕੇ ਉੱਥੇ ਜਾ ਕੇ ਸੁਰਜਨ ਚੱਠਾ ਜਾਂ ਹੋਰ ਜਿਹੜੇ ਤਿੰਨ ਨਾਮ ਲਏ ਜਾ ਰਹੇ ਆ, ਜੀ ਗੱਲ ਸਿਰਫ ਇਹ ਆ ਕਿ ਇਨਵੈਸਟੀਗੇਸ਼ਨ ਜਿਹੜੀ ਕੀਤੀ ਗਈ ਆ ਉਹ ਬਹੁਤ ਠੰਡੇ ਵਾਸਤੇ ਦੇ ਵਿੱਚ ਪਾਈ ਹੋਈ ਸੀ, ਇਨਵੈਸਟੀਗੇਸ਼ਨ ਬਹੁਤ ਆਪਣੀ ਕੀੜੀ ਦੀ ਚਾਲ ਚੱਲ ਰਹੀ ਸੀ। ਉਤੋਂ ਸਿੱਧੂ ਮੂਸੇ ਵਾਲੇ ਦੇ ਪਿਤਾ ਦੀ ਬਿਆਨਬਾਜ਼ੀ, ਜਲੰਧਰ ਜਿਮਨੀ ਚੋਣ ਤੇ ਜਲੰਧਰ ਜਿਮਨੀ ਚੋਣ ਦੇ ਵਿੱਚ ਜੋ ਜ਼ਮੀਨੀ ਹਾਲਾਤ ਦਿਸ ਰਹੇ ਆ ਜੀ, ਉਹ ਜ਼ਮੀਨੀ ਹਾਲਾਤਾਂ ਨੂੰ ਦੇਖਦੇ ਹੋਏ ਇੱਕ ਵੱਡਾ ਜਿਹੜਾ ਆ ਉਹ ਕਾਰਾ ਕਾਰਜ ਦਾ ਸਟ੍ਰੋਕ, ਇੱਕ ਮਾਸਟਰ ਸਟ੍ਰੋਕ ਜਿਹਨੂੰ ਕਹਿ ਦਿੰਦੇ ਸਿਆਸਤ ਦੇ ਵਿੱਚ, ਉਹ ਖੇਡਿਆ ਗਿਆ। ਪਰ ਅਸਲ ਕਹਾਣੀ ਉਸ ਵੇਲੇ ਪਤਾ ਲੱਗਣੀ ਆ ਜਦੋਂ ਅਦਾਲਤ ਵਿੱਚ ਜਾ ਕੇ ਇਹਨਾਂ ਨੇ ਚਲਾਨ ਪੇਸ਼ ਕਰਨਾ, ਅਦਾਲਤ ਜਾ ਕੇ ਸਬੂਤ ਪੇਸ਼ ਕਰਨਗੇ ਵੀ ਕਿਹੜੇ ਆਧਾਰ ਤੇ ਸੁਰਜਣ ਚੱਠਾ ਉਹਨਾਂ ਨੂੰ ਫੜਿਆ, ਜੀ ਬਿਲਕੁਲ ਇਹ ਸਬੂਤ ਹੈਗੇ ਆ। ਸੋ ਜੀ ਇਹ ਗੱਲਾਂ ਆ ਜਿਹੜੀਆਂ ਇਹਨੂੰ ਅੱਜ ਜਿਹੜੇ ਆ ਉਹ ਸੋਸ਼ਲ ਮੀਡੀਆ ਦੇ ਉੱਤੇ ਕਬੱਡੀ ਜਗਤ ਦੇ ਵਿੱਚ ਫੈਲਾਇਆ ਗਿਆ। ਨਾਲ ਦੀ ਨਾਲ ਜੋ ਪਿਛਲੇ ਦਿਨਾਂ ਦੇ ਵਿੱਚ ਨਾ ਇੱਕ ਵੀਡੀਓ ਵੀ ਤੁਹਾਡੇ ਨਾਲ ਆਪਾਂ ਸਾਂਝੀ ਵੀ ਕੀਤੀ ਸੀ, ਉਸ ਤੇ ਗੱਲ ਵੀ ਕੀਤੀ ਸੀ, ਜੀ ਸੁਰਜਣ ਚੱਠਾ ਹੁਣੀ ਹਰਬੰਦਰ ਸਾਹਿਬ ਜਾ ਕੇ ਸਹੁੰ ਵੀ ਖਾਧੀ ਸੀ ਕਿ ਮੇਰਾ ਇਸ ਮਾਮਲੇ ਦੇ ਵਿੱਚ ਕੋਈ ਹੱਥ ਲੈਣਾ, ਨਹੀਂ। ਕੋਈ ਲੈਣਾ ਦੇਣਾ ਨਹੀਂ ਜੀ, ਠੀਕ ਆ ਜੀ। ਇਹ ਹੁਣ ਪੁਲਿਸ ਨੇ ਜਿਹੜਾ ਜਦੋਂ ਅਦਾਲਤ ਵਿੱਚ ਇਸ ਗੱਲ ਨੂੰ ਸਾਬਤ ਕਰੂਗੀ ਕਿ ਇਹ ਜਿਹੜਾ ਕਤਲ ਹੋਇਆ ਇਸ ਕਤਲ ਦੇ ਵਿੱਚ ਕਿਸ ਤਰ੍ਹਾਂ ਸੁਰਜਣ ਚੱਠਾ ਉਹਨਾਂ ਦਾ ਹੱਥ ਸੀ, ਚਲੋ ਇਹ ਤਾਂ ਇਹਨਾਂ ਦੇ ਸਬੂਤ ਹੋਏ ਜੀ ਤਾਂ ਜਿਹੜੀ ਆ ਸਜ਼ਾ ਵੀ ਹੋਊਗੀ ਪੱਕੀ। ਜੀ ਜੇ ਸਿਰਫ ਆ ਜਿਮਨੀ ਚੋਣ ਤੇ ਔਰ ਜੇ 5-7 ਦਿਨ 10 ਦਿਨ ਕੱਟ ਲਈ ਗ੍ਰਿਫਤਾਰੀ ਬਿਲਕੁਲ ਕੀਤੀ ਹੈ, ਪਹਿਲੀ ਪੇਚੇ ਜਮਾਨਤ ਵੀ ਹੋ ਸਕਦੀ ਆ। ਜੀ ਬਹੁਤ ਬਹੁਤ ਧੰਨਵਾਦ ਗਿੱਲ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੁਕਰੀਆ ਜੀ।
ਸ਼ੁਕਰੀਆ ਵਾਹਿਗੁਰੂ ਜੀ, ਖਾਲਸਾ ਵਾਹਿਗੁਰੂ ਜੀ ਬਿਲਕੁਲ ਇੰਦਰੀ ਜੀ, ਜੀ ਇਹ ਜਿਹੜੀ ਗੱਲ ਆ ਇਹ ਹੁਣ ਇਹ ਐਨ ਜਿਮਨੀ ਚੋਣ ਤੋਂ ਪਹਿਲਾਂ ਇਹ ਇੱਕ ਬਹੁਤ ਵੱਡਾ ਇਸ਼ਾਰਾ ਕਰਦੀ ਆ ਕਿ ਸਰਕਾਰ ਆਪਣਾ ਜਿਹੜਾ ਡੁੱਬਦਾ ਹੋਇਆ ਆਕਸੋ ਨੂੰ ਕਿਤੇ ਨਾ ਕਿਤੇ ਉਭਾਰਨਾ ਚਾਹੁੰਦੀ ਆ।